ਔਰ ਮੈਂ ਆਪਣੇ ਜੀਵਨ 'ਚ ਨਾ ਬਦਲਾਵ ਲਿਆਉਣ ਦੀ ਬੜੀ ਕੋਸ਼ਿਸ਼ ਕਰਦਾ ਸੀ, ਬੜੀ ਕੋਸ਼ਿਸ਼ ਕੀਤੀ ਵੀ ਹੈ, ਕਿਉਂਕਿ ਮੈਂ ਆਪਣੇ ਜਿਹੜੇ ਡਰੋਬੈਕਸ ਨੇ ਉਹ ਮੈਂ ਕਾਫੀ ਨੋਟ ਕਰਕੇ ਕਾਪੀ 'ਚ ਰੱਖਦਾ ਸੀ। ਅੱਜ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿਉਂਕਿ ਮੇਰਾ ਦਿਲ ਕਰਦਾ, ਮੇਰਾ ਪਰਿਵਾਰ ਬੈਠਾ ਸਾਰਾ, ਔਰ ਮੈਂ ਸੱਚ ਬੋਲਣ ਦੀ ਬੜੀ ਆਦਤ, ਜਿਹੜੀ ਗੱਲ ਕਹਿਣੀ ਹੈ ਦ੍ਰਿੜਤਾ ਨਾਲ ਕਹਿਣੀ ਹੈ, ਔਰ ਉਸ ਕਰਕੇ ਮੈਂ ਬਹੁਤ ਕ੍ਰਿਟੀਸਾਈਜ਼ਡ ਵੀ ਹੋਇਆ ਮੇਰੇ ਮੇਰਾ ਸੋਸਾਇਟੀ ਦੇ ਵਿੱਚ, ਰਿਲੇਸ਼ਨ ਦੇ ਵਿੱਚ, ਫੈਮਿਲੀ ਦੇ ਵਿੱਚ, ਪਰ ਮੈਨੂੰ ਇਹ ਲੱਗਦਾ ਰਿਹਾ ਕਿ ਸ਼ਾਇਦ ਮੈਂ ਠੀਕ ਰਾਹ 'ਤੇ ਚੱਲ ਰਿਹਾ, ਸੱਚੇ ਰਾਹ ਚੱਲਦਿਆਂ ਉਸਤਤ ਕਰੇ ਜਹਾਨ। ਔਰ ਮੈਂ ਬੜੀ ਵਾਰੀ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ, ਮੈਂ ਲਾਈਫ ਦੇ ਵਿੱਚ ਸ਼ਾਇਦ ਠੀਕ ਹੀ ਚੱਲ ਰਿਹਾ ਹਾਂ, ਕਿਤੇ ਨਾ ਕਿਤੇ ਮੇਰੀਆਂ ਗਲਤੀਆਂ ਨੇ, ਮੈਨੂੰ ਠੀਕ ਕਰੂੰਗਾ। ਪਰ ਯਕੀਨ ਕਰਿਓ, ਮੈਂ ਰਜਨੀ ਫਿਲਮ 5 ਵਾਰੀ ਦੇਖ ਲਈ ਹੈ। ਕੱਲ੍ਹ ਮੈਂ ਸਾਰੇ DAV ਕਾਲਜ, DAV ਇੰਸਟੀਟਿਊਸ਼ਨ, ਜਿੱਥੇ ਜਿੱਥੇ ਮੈਂ ਕੰਮ ਕਰਦਾ ਰਿਹਾ, ਅਸੀਂ ਪੂਰਾ ਜਗਤ ਸਿਨੇਮਾ ਬੁੱਕ ਕਰਾਇਆ ਅਤੇ ਸਾਰੇ ਅਸੀਂ ਦੇਖਣ ਜਾ ਰਹੇ ਹਾਂ। ਮੇਰੀ ਜ਼ਿੰਦਗੀ 'ਚ ਬਹੁਤ ਬਦਲਾਅ ਆਇਆ, ਕਿਉਂਕਿ ਮੈਂ ਰਜਨੀ ਫਿਲਮ ਦੇਖਣ ਤੋਂ ਬਾਅਦ ਨਾ ਕਾਪੀ ਪੈਨਸਲ ਲੈ ਕੇ ਆਪਣੇ ਟੇਬਲ 'ਤੇ ਬੈਠ ਕੇ ਯੋਗਰਾਜ ਸਿੰਘ ਦੀ ਫੋਟੋ ਬਣਾ ਕੇ ਲਿਖ ਰਿਹਾ ਸੀ ਕਿ ਤੈਨੂੰ ਕੀ ਕਰਨਾ ਚਾਹੀਦਾ। ਉਸ ਜਪਣ ਤੋਂ ਇਲਾਵਾ, ਉਸ ਮਹਾਰਾਜ ਦੀ ਕਿਰਪਾ ਤੋਂ ਇਲਾਵਾ, ਉਹ ਸੱਚੇ ਰਾਹ ਚੱਲ ਕੇ ਸੱਚ ਬੋਲਣਾ ਭਾਵਾਂ ਕੋਈ ਵੀ ਹੈ, ਮੈਨੂੰ ਯਕੀਨ ਹੋ ਗਿਆ ਇਸ ਗੱਲ ਦਾ ਕਿ ਬੀਬੀ ਰਜਨੀ ਨੇ ਯੋਗਰਾਜ ਸਿੰਘ ਨੂੰ ਇਹ ਦ੍ਰਿੜਤਾ ਦਿੱਤੀ ਹੈ ਕਿ ਜੋ ਤੂੰ ਜ਼ਿੰਦਗੀ ਜਿਸ ਰਾਹ 'ਤੇ ਤੁਰ ਰਿਹਾ ਸੀ ਉਸ ਰੱਬ ਦੇ ਰਾਹ 'ਤੇ, ਇੱਕ ਦਿਨ ਮਰਨ ਤੋਂ ਪਹਿਲਾਂ ਤੈਨੂੰ ਰੱਬ ਦੇ ਦਰਸ਼ਨ ਜ਼ਰੂਰ ਹੋਣਗੇ। ਇਹ ਮੇਰੀ ਚਾਹਨਾ ਸ਼ੁਰੂ ਤੋਂ ਬਚਪਨ ਤੋਂ ਹੈ। 10ਵੇਂ ਪਾਤਸ਼ਾਹ ਕੋਲ ਜਾ ਕੇ ਮੈਂ ਰੋਜ਼ ਇਲਤਜਾ ਕਰਦਾ, ਮਹਾਰਾਜ ਮਰਨ ਤੋਂ ਪਹਿਲਾਂ ਤੁਹਾਡੇ ਦਰਸ਼ਨ, ਗੁਰੂਆਂ ਦਰਸ਼ਨ, ਕਿਤੇ ਮੈਨੂੰ ਰੱਬ ਦੇ ਦਰਸ਼ਨ। ਰਜਨੀ ਫਿਲਮ ਦੇਖਣ ਤੋਂ ਬਾਅਦ ਮੈਨੂੰ ਯਕੀਨ ਹੈ ਕਿ ਮੇਰੀ ਮੌਤ ਤੋਂ ਪਹਿਲਾਂ ਮੈਨੂੰ ਰੱਬ ਮਿਲਣ ਆਊਗਾ। ਐਡਾ ਇੰਪੈਕਟ ਇਸ ਫਿਲਮ ਦਾ ਮੇਰੀ ਜ਼ਿੰਦਗੀ 'ਚ ਹੈ। ਧੰਨਵਾਦ। ਬਸ।